ਮਿਲਿਆ। ਦੋ ਲੋਕ ਹੁੰਦੇ ਨੇ ਜਿਹੜੇ ਰਾਜਨੀਤੀ ਕਰਦੇ ਨੇ, ਇੱਕ ਉਹ ਲੋਕ ਜਿਹੜੇ ਆਪਣੇ ਪੈਸਾ ਕਮਾਉਣਾ ਨਾ ਔਰ ਆਪਣਾ ਰੁਜ਼ਗਾਰ ਕਰਤਾ, ਉਹਨਾਂ ਨੂੰ ਕੋਈ ਕਿਰਾਇਆ ਨਹੀਂ ਮਿਲਿਆ, ਉਹਨਾਂ ਦੇ ਜਿਹੜੇ ਟਰੱਕ ਹੈ ਲਲਾਮ ਹੋ ਗਏ। ਇਹ ਕੰਮ ਸਾਡੇ ਮੰਤਰੀ ਸਾਧੂ ਸਿੰਘ ਨੇ ਇੱਥੇ ਕੀਤਾ। ਆ ਮੇਰੇ ਸਾਥੀ ਕਰੋ, ਮੈਂ ਸਾਥੀਓ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਮੈਨੂੰ ਵੀ 4.5 ਸਾਲ ਹੋ ਗਏ ਤੁਹਾਡੇ ਚ ਵਿਚਰਦਿਆਂ ਨੂੰ, ਕੰਮ ਕਰਦਿਆਂ ਨੂੰ। ਜੇ ਮੇਰੀਆਂ ਸੇਵਾਵਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ, ਮੇਰਾ ਕੰਮ ਚੰਗਾ ਨਹੀਂ ਲੱਗਦਾ, ਤਾਂ ਤੁਸੀਂ ਜਾਣ ਦੀ ਲੋੜ ਨਹੀਂ। ਮੈਨੂੰ ਹੀ ਕਹਿ ਰਹੇ ਹੋ ਇਕੱਠੇ ਹੋ ਕੇ ਅੱਜ ਸਾਰੀ ਸੰਗਤ ਚ, ਮੈਂ ਤੁਹਾਨੂੰ ਜਵਾਬ ਦਿੰਦਾ ਵੀ ਕਬੀਰ ਦਾਸ ਜੀ, ਤੁਸੀਂ ਇਸ ਮਸਲੇ ਤੇ ਸਾਡੇ ਨਾਲ ਠੱਗੀ ਮਾਰੀ ਹੈ। ਇਹ ਬਲਾਕ ਕਰੋੜਾਂ ਰੁਪਏ ਦੇ ਕੇ ਪ੍ਰਧਾਨਗੀ ਮਿਲਦੀ ਹੈ, ਕਰੋੜਾਂ ਰੁਪਏ ਦੇ। ਆ ਜਿਸ ਬੰਦੇ ਨੇ ਜਿਹੜਾ ਕਾਂਗਰਸ ਪਾਰਟੀ ਨੇ ਝੂਠ ਪ੍ਰਚਾਰ ਬੋਲਿਆ ਔਰ ਝੂਠ ਬੋਲ ਰਹੇ ਹਾਂ, ਪਲੰਦਾ ਹੋਰ ਤਿਆਰ ਕਰ ਰਹੇ ਹਾਂ। ਆਮ ਆਦਮੀ ਪਾਰਟੀ ਝੂਠ ਪ੍ਰਚਾਰ ਕਰ ਰਹੀ ਹੈ, ਪਲੰਦਾ ਜਿਹੜਾ ਹੋਰ ਤਿਆਰ ਕਰ ਰਹੀ ਹੈ ਗਾਹਾਂ ਨੂੰ। ਉਹਨਾਂ ਨੂੰ ਦੋਨੇ ਜਿਹੜੇ ਮਿਲੀ ਭੁਗਤ ਹੈ ਕਿਸਾਨਾਂ ਦੇ ਮਸਲੇ 'ਤੇ, ਉਹ ਪੰਜਾਬ 'ਚ ਦੂਰਾ ਮਾਪਦੰਡ ਕਰ ਰਹੇ ਨੇ, ਲੋਕਾਂ ਦਾ ਇੱਥੇ ਮੂਰਖ ਬਣਾ ਰਹੇ ਨੇ, ਉੱਥੇ ਕਾਲੇ ਕਾਨੂੰਨਾਂ ਦੀ ਗੱਲ ਕਰਕੇ ਪੰਜਾਬ 'ਚ ਲੋਕਾਂ ਨੂੰ ਭੜਕਾ ਰਹੇ ਨੇ, ਔਰ ਦਿੱਲੀ ਜਿਹੜੇ ਆਪਣੇ ਇਹ 3 ਕਾਨੂੰਨ ਆ ਪਾਸ ਕਰ ਰਹੇ ਨੇ, ਇੱਥੇ ਲਿਆ ਕੇ ਉਹ ਪਰਚਾ ਫਾੜ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਜਿਹੜਾ ਝੂਠ ਬੋਲਿਆ, ਮਹਾਰਾਜ ਸਾਹਿਬ ਨੇ ਸਹੁੰ ਖਾਧੀ, ਉਹ ਸਹੁੰ ਖਾ ਕੇ ਸਾਰੀਆਂ ਗੱਲਾਂ ਮੁੱਕਰ ਕੇ ਘਰ ਘਰ ਨੌਕਰੀ ਦੇਣਾ ਭੁੱਲ ਗਏ, 90,000 ਕਰੋੜ ਰੁਪਈਆ ਜਿਹੜਾ ਕਿਸਾਨੀ ਦਾ ਕਰਜ਼ਾ ਸੀ ਹੈ ਉਹ ਮੁੱਕਰ ਗਏ, 51,000 ਸਕੀਮ ਜਿਹੜੀ ਦਿੱਤੀ ਸੀ ਉਹ ਬੱਚਿਆਂ ਨੂੰ ਹੁਣ ਤੱਕ ਨਹੀਂ ਦਿੱਤੀ, ਉਹ ਲਾਈਨਾਂ 'ਚ ਲੋਕ ਲੱਗੇ ਖੜ੍ਹੇ ਨੇ, ਆਟਾ ਦਲ ਦੇ ਨਾਲ ਚਾਹ ਪੱਤੀ ਘਿਓ ਚਿੰਨੀ ਦੇਵਾਂਗੇ ਉਹ ਨਹੀਂ ਦਿੱਤੀ, ਸਮਾਰਟਫੋਨ ਨਹੀਂ ਦਿੱਤੇ। ਸੋ ਝੂਠ ਦਾ ਪਲੰਦਾ ਇਹ ਜਿਹੜਾ ਤਿਆਰ ਕਰਿਆ ਉਹਨਾਂ ਨੂੰ ਉਜਾਗਰ ਕਰਨ ਵਾਸਤੇ, ਉਹਨੂੰ ਝੂਠ ਨੂੰ ਨੰਗਾ ਕਰਨ ਵਾਸਤੇ ਅੱਜ ਅਸੀਂ ਵਰਕਰਾਂ ਨੂੰ ਲਾਮਬੰਦ ਕਰਕੇ ਦੱਸ ਰਹੇ ਹਾਂ ਵੀ ਜਿਹੜਾ ਉਹਨਾਂ ਨੇ ਝੂਠ ਬੋਲਿਆ ਸੀ ਵੀ ਐਤਕੀ ਆਪਾਂ ਉਹਨਾਂ 'ਤੇ ਝੂਠ ਦੇ ਪਲੰਦੇ ਹਟਾਉਣੇ। ਦੇਖੋ ਜੀ, ਜਿਹੜਾ ਅੱਜ ਦਾ ਪੰਜਾਬ ਮੰਗਦਾ ਜਵਾਬ ਕੈਪਟਨ ਸਾਹਿਬ ਤੋਂ, ਸਾਡੇ ਪੰਜਾਬ ਦੇ ਨੌਜਵਾਨ ਬਜ਼ੁਰਗ ਸਾਡੀ ਮਾਤਾਵਾਂ ਭੈਣਾਂ ਜਵਾਬ ਮੰਗ ਰਹੀਆਂ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀ ਕਿ ਅਸੀਂ 4 ਹਫ਼ਤਿਆਂ 'ਚ ਨਸ਼ੇ ਬੰਦ ਕਰ ਦੇਵਾਂਗੇ। ਕੈਪਟਨ ਸਾਹਿਬ ਨੇ ਕਿਹਾ ਸੀ ਅਸੀਂ ਹਰ ਘਰ 'ਚ ਨੌਕਰੀ ਦੇਵਾਂਗੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਿਨ੍ਹਾਂ ਨੂੰ ਨੌਕਰੀ ਨਹੀਂ ਦੇ ਸਕੇ ਅਸੀਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ 2500 ਕਰ ਦੇਵਾਂਗੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਸਾਡੀ ਗਰੀਬ ਲੜਕੀਆਂ ਨੂੰ 51,000 ਰੁਪਇਆ ਸ਼ਗਨ ਸਕੀਮ ਦੇਵਾਂਗੇ। ਇਹ ਕੈਪਟਨ ਸਾਹਿਬ ਤੋਂ ਸਾਡੀ ਪੰਜਾਬ ਦੀ ਅਤੇ ਸਾਡੇ ਨਾਭੇ ਸ਼ਹਿਰ ਦੀ, ਨਾਭੇ ਹਲਕੇ ਦੀ ਜਨਤਾ ਸਵਾਲ ਅਤੇ ਉਹਨਾਂ ਤੋਂ ਪੁੱਛ ਰਹੀ ਹੈ ਕਿ ਇਹਨਾਂ ਦੇ ਜਿਹੜੇ ਕੀਤੇ ਵਾਅਦੇ ਨੇ 4.5 ਸਾਲ ਹੋ ਗਏ ਉਹ ਕਦੋਂ ਪੂਰਾ ਕਰਨਗੇ। ਕੈਪਟਨ ਸਾਹਿਬ ਨੂੰ ਸਾਡੇ ਨਾਭੇ ਹਲਕੇ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਤੁਸੀਂ ਗੁਟਕਾ ਸਾਹਿਬ 'ਤੇ ਸਹੁੰ ਚੁੱਕ ਹੱਥ ਰੱਖ ਕੇ ਸਹੁੰ ਖਾਧੀ ਸੀ ਦਮਦਮਾ ਸਾਹਿਬ ਵੱਲ ਕਰਕੇ ਕਿ ਅਸੀਂ ਜਿਹੜਾ ਕਿਸਾਨਾਂ ਦਾ 90,000 ਦਾ ਕਰਜ਼ਾ ਉਹ ਮਾਫ਼ ਕਰ ਦੇਵਾਂਗੇ। ਅੱਜ ਤੁਸੀਂ ਦੇਖੋ ਜਿਹੜਾ 90,000 ਦਾ ਕਰਜ਼ਾ ਤਾਂ ਕੀ ਮਾਫ਼ ਕਰਨਾ ਸੀ, ਅੱਜ ਪੰਜਾਬ 'ਤੇ ਬਲਕਿ 126 ਕਰੋੜ ਦਾ ਕਰਜ਼ਾ ਹੋਰ ਨਵਾਂ ਚੜ੍ਹ ਗਿਆ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਅਤੇ ਅਪੀਲ ਕਰਦਾ ਕਿ ਕੈਪਟਨ ਸਾਹਿਬ ਜਿਹੜੇ ਤੁਹਾਡੇ ਮੈਨੀਫੈਸਟੋ ਦੇ ਵਾਅਦੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੋ। ਜੇ ਤੁਸੀਂ ਉਹਨਾਂ ਨੂੰ ਨਹੀਂ ਪੂਰਾ ਕਰੋਗੇ 2022 'ਚ ਸਾਡੇ ਪੰਜਾਬ ਦੀ ਜਨਤਾ ਤੁਹਾਡੇ ਇਹ ਜਿਹੜੇ ਝੂਠੇ ਵਾਅਦੇ ਤੁਸੀਂ ਕੀਤੇ ਸੀ ਉਹਦਾ ਜਵਾਬ ਦੇਣ ਲਈ ਤਿਆਰ ਪਰ ਤਿਆਰ ਬੈਠੇ। ਜਿਹੜਾ ਇਹ ਰੋਸ ਧਰਨਾ ਆ ਇਸ ਗੱਲੇ ਪੂਰੇ ਪੰਜਾਬ ਦੇ ਵਿੱਚ ਲੱਗ ਰਹੇ ਨੇ, ਇਹ ਰੋਸ ਧਰਨਿਆਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਤੇ ਲਾਰੇ ਨੇ ਉਹ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਤੇ ਉਹਨਾਂ ਨੇ ਲੋਕਾਂ ਨੇ ਤਹੀਆ ਕਰ ਲਿਆ ਕਿ ਆਉਣ ਵਾਲਾ ਜਿਹੜਾ 2022 ਦੇ ਵਿੱਚ ਇਲੈਕਸ਼ਨ ਹੋਣਾ ਆ ਉਹ ਜਿਹੜੀ ਸਰਕਾਰ ਬਣਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਤੇ ਜਿਹੜਾ ਇਹਨਾਂ ਨੇ ਝੂਠੇ ਲਾਰੇ ਤੇ ਵਾਅਦੇ ਕੀਤੇ ਸੀਗੇ ਸ਼੍ਰੋਮਣੀ ਅਕਾਲੀ ਦਲ ਆ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਏਗਾ। ਪ੍ਰਸ਼ਾਂਤ ਕਿਸ਼ੋਰ ਨੂੰ ਮੈਂ ਮਖੌਲੀਆ ਤੋਂ ਇਲਾਵਾ ਹੋਰ ਕੁਛ ਨਹੀਂ ਮੰਨਦਾ ਜੀ। ਇੱਕ ਮਖੌਲੀਆ ਕਾਂਗਰਸ 'ਚ ਹੋ ਗਿਆ, ਇੱਕ ਮਖੌਲੀਆ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ, ਉਹਨੂੰ ਤਾਂ ਸਾਰੇ ਹੀ ਜਾਣਦੇ ਨੇ ਕਿਉਂਕਿ ਲੋਕ ਉਹਦਾ ਸੁਣਨ ਬਹੁਤ ਜਾਂਦੇ ਨੇ ਜਿਹੜਾ ਵੀ ਉਹ ਮਖੌਲ ਸਟੇਜ ਤੋਂ ਕਰਦੇ ਨੇ ਜਿਹੜੀਆਂ ਉਹ ਗੱਲਾਂ ਲੋਕਾਂ ਨੂੰ ਸੁਣਾਉਂਦੇ ਨੇ। ਪਰ ਆਪਾਂ ਦੇਖਿਆ ਪਿਛਲੇ ਇਲੈਕਸ਼ਨਾਂ 'ਚ ਵੀ ਦੇਖਿਆ ਮਖੌਲਾਂ ਨਾਲ
या किसी नु झूठे तवे ला के सरकारां नहीं बनदियां, सरकारां बनदियां ने करैक्टर नाल ते लोक तकरीर नाल। जे असी कहने आ हुण बादल साहब अगे जिहड़ी वी जिहड़े इन्हां ने झूठ बोले ने सानू, बादल साहब आके उन्हां नूं अमली जम्मा पहनाणगे। मैं पब्लिक नूं इही मैसेज देना चाहूंगा कि जिहड़े पहले झूठ ते झूठे लारे ते वादे दे विच आके तुसीं सरकार बना दित्ती सी, हुण आपां इह झूठ दे लारियां तों ते झूठां तों उपर उठ के असलियत नूं पहचानीए ते जिहड़े सच्ची सेवा करन वाले बादल साहब ने उन्हां नूं वोटां पा के कामयाब करिए।